जोर ਆਏਗਾ ਜੀ ਕੁੜੀਆਂ ਦਾ ਹਾਈ ਜੰਪ 3 ਫੁੱਟ 1 ਇੰਚ ਅਤੇ ਅੱਜ ਆਪਣੀ ਕੋਸ਼ਿਸ਼ ਹੈਗੀ ਆ ਵੀ ਜਿੰਨੀਆਂ ਕੁੜੀਆਂ ਖੜੀਆਂ ਇੱਥੇ ਅਤੇ ਇਹਨਾਂ ਸਾਰਿਆਂ ਦਾ ਕਲੀਅਰ ਕਰਾ ਕੇ ਹੀ ਜਾਵਾਂਗੇ ਵੀਡੀਓ ਦੇ ਵਿੱਚ ਅਤੇ ਨਾਲੇ ਹੁਣ ਜਿਹੜੇ ਵੇਖ ਰਹੇ ਉਹ ਸਿੱਖ ਲੈਣਗੇ ਹੈ ਨਾ ਵੀ ਕੀ ਤਰੀਕਾ ਕਿਵੇਂ ਲਾਉਣਾ ਗਾ ਠੀਕ ਆ ਸਹੀ ਆ ਦੋ ਹੋ ਗਏ ਆਹ ਫੜੋ ਕੈਮਰਾ ਚਲੋ ਇੱਧਰ ਲੈ ਤਾਂ ਮੈਂ ਵੀਡੀਓ ਬਣਾ ਦਿੰਦਾ ਆ ਜਾਓ ਜੀ ਸਹੀ ਪਿਆ ਗੱਦਾ ਤਾਂ ਹੀ ਮੈਂ ਕਹਿੰਦਾ ਆ ਫੜੋ ਮੈਂ ਆਪੇ ਗੱਦਾ ਸੂਟ ਕਰ ਇੱਧਰ ਆ ਜਾਣਾ ਇੱਧਰ ਲੈਣਾ ਤਾਂ ਹੋ ਗਿਆ ਕਲੀਅਰ ਹੋ ਗਿਆ ਹੋ ਗਿਆ ਹੋ ਗਿਆ ਆ ਕਰਵਾਓ ਐਨ ਠੀਕ ਆ ਮਗਰੋਂ ਬੜੀ ਚੱਕ ਕੇ ਜ਼ੋਰ ਲਾਇਆ ਨਹੀਂ ਖੱਬੇ ਪੈਰ ਨਾਲ ਪਹਿਲਾਂ ਖੱਬੇ ਪੈਰ 'ਤੇ ਜ਼ੋਰ ਲਾਓ ਉੱਠਣ ਲਈ ਤਾਂ ਨੂੰ ਫਿਰ ਡਿੱਗੋ ਹਰ ਜੋ ਇੱਕ ਮਿੰਟ ਇਹਨਾਂ ਨੂੰ ਆ ਜਾਣ ਕੋਈ ਨਹੀਂ ਟੈਨਸ਼ਨ ਨਾ ਲਓ ਵੀਡੀਓ ਪਾਉਂਦੇ ਨਹੀਂ ਆਪਾਂ ਥੋੜ੍ਹੀ ਸਪੀਡ 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 ਸਹੀ ਆ ਕੋਈ ਨਹੀਂ ਪੱਕਾ ਫਿਰ ਆਪਾਂ ਬਾਅਦ ਮੇਂ ਕਰਾਵਾਂਗੇ ਇੱਕ ਵਾਰੀ ਆਹ ਤਰੀਕਾ ਰੱਖੋ ਵੀ ਯਾਰ ਛੱਡੀ ਉੱਥੇ ਹੀ ਅੱਜ ਜਾਣੀ ਪੈਰ
ਐਂਡ ਤੇ ਸਪੀਡ ਮਾਰਨੀ ਨਹੀਂ ਕੋਈ ਨਹੀਂ ਮਾੜੀ ਗੱਲ ਯਾਦ ਕਰਾਉਣੀ ਚਲੋ ਧਿਆਨ ਰੱਖੋ ਜੀ ਮਾੜਾ ਵੀ ਨੇੜੇ ਆ ਕੇ ਪੀੜ ਉੱਠਣਾ ਤਾਂ ਸਹੀ ਆ ਦੁਬਾਰਾ ਥੋੜ੍ਹਾ ਜਿਹਾ ਦੂਰ ਰਹਿ ਗਿਆ ਬਸ ਆਹੀ ਇੰਨਾ ਹੀ ਜ਼ੋਰ ਮਾਰਨਾ ਗਾ ਵਿੱਚ ਬਾਹਲੀ ਦੂਰ ਨਾ ਜਾਓ ਲੱਗੂਗਾ ਟਾਈਮ ਅਜੇ ਮਾੜੇ ਕੋਈ ਨਹੀਂ ਵੈਸੇ ਪਰ ਕੋਈ ਗੱਲ ਨਹੀਂ ਠੀਕ ਆ ਇਹਨਾਂ ਨੇ ਕਰਨਾ ਦੇਖ ਲਓ ਜੇ ਹੈ ਆ ਸਾਰਾ ਕੁਛ ਹਾਂ ਸਾਰੇ ਇੱਧਰ ਨਾ ਖੜੋ ਉੱਧਰ ਚੱਲੋ ਬੰਦਾ ਘਾਬਰ ਜਾਂਦਾ ਜੰਪ ਲਾਉਣ ਵਾਲਾ ਜਦੋਂ ਨੂੰ ਸਾਰੇ ਵੇਖੀ ਜਾਂਦੇ ਹੁਣ ਜ਼ੋਰ ਨਾਲ ਮਗਰ ਵਾਲੀ ਰਹਿ ਗਿਆ ਤੈਨੂੰ ਬਸ ਬੇਫਿਕਰ ਲਾਓ ਕੋਈ ਗੱਲ ਨਹੀਂ ਐ ਨਾ ਸੋਚੋ ਵੀਡੀਓ ਵੀਡੀਓ ਆਪਾਂ ਦੇਖ ਲਾਂਗੇ ਬਣਾ ਕੇ ਆਓ ਵਿਗੜ ਰਹੀ ਹੈ